ਨਾਨਕੇ ਪਿੰਡ ਜਾ ਰਹੇ ਤਿੰਨ ਦੋਸਤਾਂ ਦੀ ਦਰਦਨਾਕ ਮੌਤ। ਡੰਪਰ ਨੇ ਕਾਰ ਨੂੰ ਮਾਰੀ ਭਿਆਨਕ ਟੱਕਰ, ਮੌਕੇ ਤੇ ਹੀ ਨਿਕਲੀ ਤਿੰਨੇ ਦੋਸਤਾਂ ਦੀ ਜਾਨ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਜਿੱਥੇ ਤਿੰਨ ਦੋਸਤਾਂ ਦੀ ਮੌਤ ਹੋ ਗਈ ਹੈ। ਤਾਂ ਕਾਰ 'ਚ ਸਵਾਰ ਹੋ ਕੇ ਨਾਨਕੇ ਪਿੰਡ ਜਾ ਰਹੇ ਸੀ, ਤਾਂ ਇਸ ਦੇ ਵਿੱਚ ਇਹਨਾਂ ਨੂੰ ਇੱਕ ਡੰਪਰ ਨੇ ਟੱਕਰ ਮਾਰ ਦਿੱਤੀ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਤਿੰਨਾਂ ਦੋਸਤਾਂ ਦੀ ਮੌਕੇ 'ਤੇ ਹੀ ਜਾਨ ਨਿਕਲ ਜਾਂਦੀ ਹੈ, ਜਦਕਿ ਡੰਪਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਜਿਵੇਂ ਹੀ ਟੱਕਰ ਦੀ ਆਵਾਜ਼ ਆਮ ਲੋਕਾਂ ਨੂੰ ਸੁਣਦੀ ਹੈ ਤਾਂ ਉਹ ਭੱਜੇ ਆਉਂਦੇ ਨੇ। ਤਾਂ ਵੇਖਦੇ ਨੇ ਕਿ ਤਿੰਨ ਨੌਜਵਾਨ ਕਾਰ ਦੇ ਵਿੱਚ ਫਸੇ ਹੁੰਦੇ ਨੇ ਅਤੇ ਤਿੰਨਾਂ ਦੀ ਜਾਨ ਨਿਕਲ ਚੁੱਕੀ ਹੁੰਦੀ ਹੈ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੀ ਉਮਰ 22 ਤੋਂ 26 ਸਾਲ ਦੇ ਵਿੱਚ ਸੀ, ਜੋ ਕਿ ਸਵੇਰੇ ਸਵੇਰੇ ਆਪਣੇ ਨਾਨਕੇ ਪਿੰਡ ਦੇ ਵੱਲ ਜਾ ਰਹੇ ਸੀ। ਤਾਂ ਤਿੰਨ ਦੋਸਤ ਸੀ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਤਾਂ ਇੱਕ ਤੇਜ਼ ਰਫਤਾਰ ਡੰਪਰ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਇਹਨਾਂ ਦੀ ਕਾਰ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਅਤੇ ਤਿੰਨਾਂ ਦੀ ਮੌਕੇ 'ਤੇ ਹੀ ਜਾਨ ਨਿਕਲ ਜਾਂਦੀ ਹੈ। ਤਾਂ ਦੱਸ ਦਈਏ ਕਿ ਹਾਦਸਾ ਯੂਪੀ ਤੋਂ ਸਾਹਮਣੇ ਆਇਆ, ਜਿੱਥੇ ਤਿੰਨ ਦੋਸਤਾਂ ਦੀ ਸੜਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਮੇਰੇ ਚਾਚਾ ਦਾ ਲੜਕਾ ਬਾਈ, ਮੇਰਾ ਛੋਟਾ ਬਾਈ ਹੈ ਜੀਤੂ, ਕੀ ਹੈ ਤੁਹਾਡੇ ਮਾਂ ਬਾਪ ਦਾ, ਇਹ ਕੀ ਹੈ ਨਾ, ਔਰ ਬਹਿਣ ਨਾ ਬਾਈ ਹੈ। ਮੇਰਾ ਚਾਚਾ ਬਹੁਤ ਗਰੀਬ ਹੈ, ਆਟੋ ਚਲਾਤਾ ਹੈ, ਬੋਰੀਆ ਡੋਤਾ ਹੈ ਕਮਰ ਪੇ, ਔਰ ਮਾਂ ਇਸਕੀ ਮੈਂਟਲੀ ਕਈ ਸਾਲ ਸੇ ਮੈਂਟਲ ਹੈ, ਇਸਕੀ ਬਹੂ ਹੈ ਵੀ 2-2.5 ਸਾਲ ਪਹਿਲੇ ਸ਼ਾਦੀ ਹੋਈ ਸੀ, ਬੱਚਾ ਵੀ ਨਹੀਂ ਹੈ, ਛੋਟੀ ਸੀ, ਉਹ ਵੀ ਬੇਸਹਾਰਾ ਹੋ ਗਈ, ਮਾਂ ਬਾਪ ਵੀ ਬੇਸਹਾਰਾ, ਕੋਈ ਨਹੀਂ, ਇਨਕੋ ਕੋਈ ਨਾ ਕਮਾਉਣੇ ਵਾਲਾ ਨਾ ਕੋਈ ਇਨਕੋ ਸੰਭਾਲਣੇ ਵਾਲਾ। ਮਜ਼ਬੂਤੀ ਮਾਂ ਬਾਪ ਕੋ ਬੇਟਾ ਤੋ ਚਲਾਏਗਾ, ਕਮ ਸੇ ਕਮ ਗਿਣੇ ਕਾ ਅਧਿਕਾਰ ਤੋ ਨਾ ਛੀਨੇ, ਇਨਕੀ ਇਤਨੀ ਤੋ ਕਰ ਦੇ ਤੇ ਆਰਾਮ ਸੇ ਬੈਠ ਕੇ ਰੋਟੀ ਖਾ ਲੇ ਬੁਢਾਪੇ। ਇਸਕੀ ਜੋ ਵਾਈਫ ਹੈ ਉਸਕਾ ਵੀ ਕੋਈ ਸਹਾਰਾ ਨਹੀਂ ਹੈ ਕਿ ਬੱਚਾ ਹੋਤਾ ਤੋ ਉੱਤੇ ਸਾਰੇ ਦਿਨ ਕੱਟ, ਨਾ ਇਨਕੇ ਕੋਈ ਜ਼ਮੀਨ ਹੈ ਨਾ ਕੋਈ ਜਾਇਦਾਦ ਹੈ, ਆਟੋ ਚਲਾਤੇ ਹੈਂਗੇ ਬੋਰੀਆਂ ਡੋ, ਬੁਢਾ ਬਾਪ ਹੈ। ਇਹ ਤਿੰਨ ਲੋਕ ਜਾਨ ਗਈ ਹੈ ਇਸਮੇ, ਇਸਮੇ ਨਿਤਿਨ ਰਾਜਪੂਤ ਔਰ ਜਿਤੇਂਦਰ ਔਰ ਇੱਕ ਉਸਮੇ ਕਿਆ ਨਾਮ ਹੈ ਰੋਹਨ, ਇਹ ਤਿੰਨੋਂ ਆਪਣੇ ਗਾਓ ਜਾ ਰਹੇ ਥੇ, ਰਾਮਗੜ੍ਹ ਕੇ ਪਾਸ ਚੜਵਾਈ ਗਾਓ ਪੜਤਾ ਹੈ, ਕੋਈ ਟਰੱਕ ਸਾਹਮਣੇ ਸੇ ਆ ਰਹਾ ਥਾ ਲਾਪਰਵਾਹੀ ਸੇ, ਓਵਰਲੋਡ ਪੱਥਰੋਂ ਸੇ ਭਰਾ ਹੁਆ, ਉਸਨੇ ਇਨਮੇ ਠੋਕੀ ਹੈ ਔਰ ਠੋਕਣੇ ਬਾਅਦ ਰੋਕੀ ਨਹੀਂ ਗਾੜੀ, 500-600 ਮੀਟਰ ਇਨਕੋ ਘਸੀਟਤਾ ਹੁਆ ਲੈ ਗਿਆ, ਅਗਰ ਠੋਕਣੇ ਕੇ ਬਾਅਦ ਵੋ ਰੋਕ ਦੇਤਾ ਤੋ ਕਿਆ ਪਤਾ ਤਿੰਨੋਂ ਬੱਚੇ ਬਚ ਜਾਤੇ, ਠੋਕਣੇ ਕੇ ਬਾਅਦ ਉਸਨੇ ਘਸੀਟਤੇ ਹੁਆ ਲੈ ਗਿਆ ਔਰ ਬੱਚੇ ਆਪਣੇ ਬਚਾਓ ਕੇ ਚੱਕਰ ਮੇਂ, ਉਸ ਚੱਕਰ ਮੇਂ ਹਾਦਸਾ ਹੁਆ ਹੈ। ਤਿੰਨੋਂ ਅਲੱਗ ਅਲੱਗ ਜਗ੍ਹਾ ਕੋ ਬਤਾਇਆ ਜਾ ਰਹਾ ਹੈ, ਜਾਨ ਕੇ ਕੋਈ ਰਿਸ਼ਤੇਦਾਰ ਕੀ ਆਪ, ਇਹ ਇੱਕ ਜਗ੍ਹਾ ਹੀ ਕੰਮ ਕਰਦੇ ਥੇ ਯਾਰ ਦੋਸਤ, ਤਿੰਨੋਂ ਹੀ ਦਿੱਲੀ ਮੇਂ, ਦਿੱਲੀ ਮੇਂ ਕਿਆ ਨਾਮ ਹੈ ਹੁੰਡਈ ਕੰਪਨੀ ਮੇਂ ਕੰਮ ਕਰਦੇ ਥੇ, ਘੁੰਮਣੇ ਜਾ ਰਹੇ ਥੇ। ਹਾਂ ਜੀ, ਇਨਕਾ ਗਾਓ ਪੜਤਾ ਹੈ ਕਿਆ ਨਾਮ ਹੈ ਚਿੜਵਾਈ, ਵਹਾਂ ਜਾ ਰਹੇ ਥੇ, ਚਿੱਤਰਕ ਗਾਓ ਹੈ ਇਨਕੋ। ਕੈਸੇ ਸੂਚਨਾ ਮਿਲੀ ਆਪਨੇ, ਤੋ ਬਤਾ ਕੇ ਗਏ ਥੇ ਨਹੀਂ, ਨਹੀਂ ਹਾਦਸੇ ਕੀ ਸੂਚਨਾ ਕਰੇ, ਹਾਦਸੇ ਕੀ ਸੂਚਨਾ ਤੋ ਪੁਲਿਸ ਦੁਆਰਾ ਮਿਲੀ ਹਮਕੋ। ਪਰ ਜੀ ਕਿਆ ਕਾਰਵਾਈ ਚੱਲ ਰਹੀ ਹੈ, ਕਾਰਵਾਈ ਹੋ ਗਈ ਹੈ, ਦੇਖੋ ਸਾਡੀ ਰਿਪੋਰਟ ਦਰਜ ਕਰਵਾ ਦੀ ਹੈ, ਚਾਲਕ ਤੋ ਗਾੜੀ ਛੋੜ ਕੇ ਭਾਗ ਗਿਆ ਸੁਬਹ ਉਸੀ ਟਾਈਮ, ਗਾੜੀ ਵੀ ਜ਼ਬਤ ਕਰ ਲਈ ਗਈ ਹੈ, ਇਨਕੀ ਗਾੜੀ ਵੀ ਜੋ ਐਕਸੀਡੈਂਟ ਹੈ ਵੋ ਵੀ ਥਾਣੇ ਮੇਂ। ਯੇ ਦਿੱਲੀ ਸੇ ਆ ਰਹੇ ਥੇ, ਗਾਓ ਆ ਰਹੇ ਥੇ ਮਿਲਨੇ ਕੋ, ਤੋ ਐਕਸੀਡੈਂਟ ਹੁਆ ਤੋ ਫਿਰ ਪੁਲਿਸ ਵਾਲੇ ਕੋ ਫੋਨ ਗਿਆ, ਮੇਰੇ ਜੀਜੇ ਜੀ ਉਨਕੇ ਪਾਸ ਫੋਨ ਗਿਆ, ਨਿਤਿਨ ਕੇ ਪਾਪਾ ਕੇ ਪਾਸ, ਉਹਨੇ ਮੁਝੇ ਫੋਨ ਕੀਆ, ਮੈਂ ਪਾਸ ਮੇਂ ਹੂੰ, ਇਸ ਲਈ ਮੈਂ ਜਲਦੀ ਆ ਗਿਆ, ਯਹਾਂ ਜਬ ਆ ਕੇ ਦੇਖਾ ਤੋ ਮਰ ਪਾਏ ਗਏ,
ये टाटा की गाड़ी थी और डंपर से हैं हाँ मौके पे मौत बता रहे हैं हम तो बाद में पहुंचे हैं मौके पे मौत हो गई थी पुलिस में अभी जो कागजी कार्रवाई की है इन्होंने अभी पोस्टमार्टम होना बाकी है पोस्टमार्टम होगा तो फिर डेड बॉडी लेके यार दोस्त थे हाँ तीनों एक ही कंपनी में काम करते थे एक ही नहीं एक की शादी नहीं तो दो कमा रहे थे 21-22 साल के लड़के थे